लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन। ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਵਿਆਹ ਨੂੰ ਲੈ ਕੇ ਕਾਫੀ ਫਿਲਮਾਂ ਬਣ ਰਹੀਆਂ ਨੇ, ਪਰ ਹਰ ਵਾਰ ਕੁਝ ਡਿਫਰੈਂਟ ਅਤੇ ਨਵਾਂ ਲੈ ਕੇ ਆਉਣ ਵਾਲੇ ਅਦਾਕਾਰ ਦਲਜੀਤ ਦੋਸਾਂਝ ਇੱਕ ਵਾਰ ਫਿਰ ਤਿਆਰ ਨੇ ਆਪਣੇ ਦਰਸ਼ਕਾਂ ਦੀ ਥਾਲੀ ਵਿੱਚ ਕੁਝ ਨਵਾਂ ਪਰੋਸਣ ਲਈ। ਦਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਇੱਕ ਨਵੀਂ ਫਿਲਮ ਜਿਸਦਾ ਟਾਈਟਲ ਹੈ ਛੜਾ, ਅਤੇ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਨਜ਼ਰ ਆਉਣਗੇ ਨੀਰੂ ਬਾਜਵਾ। ਇਸ ਜੋੜੀ ਨੂੰ ਅਸੀਂ ਜੱਟ ਐਂਡ ਜੂਲੀਅਟ ਅਤੇ ਜੱਟ ਐਂਡ ਜੂਲੀਅਟ 2 ਵਿੱਚ ਵੇਖ ਚੁੱਕੇ ਹਾਂ। ਇਹਨਾਂ ਦੀ ਕੈਮਿਸਟਰੀ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਨੇ ਅਤੇ ਉਮੀਦ ਹੈ ਛੜਾ ਫਿਲਮ ਵਿੱਚ ਵੀ ਇਹ ਕਮਾਲ ਜ਼ਰੂਰ ਕਰਨਗੇ। ਤੁਹਾਨੂੰ ਦੱਸ ਦਈਏ ਕਿ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਜਗਦੀਪ ਸਿੱਧੂ ਅਤੇ ਫਿਲਮ ਰਿਲੀਜ਼ ਹੋਵੇਗੀ ਜੀ 24 ਮਈ 2019 ਨੂੰ, ਅਤੇ ਇਸ ਫਿਲਮ ਦੀ ਸ਼ੂਟਿੰਗ ਸੰਗਰੂਰ ਵਿੱਚ ਸ਼ੁਰੂ ਹੋ ਚੁੱਕੀ ਹੈ। ਤੁਸੀਂ ਇਸ ਜੋੜੀ ਨੂੰ ਦੁਬਾਰਾ ਦੇਖਣ ਲਈ ਕਿੰਨੇ ਐਕਸਾਈਟਿਡ ਹੋ, ਇਹ ਤੁਸੀਂ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਣ ਕੇ ਲਈ ਸਬਸਕ੍ਰਾਈਬ ਕਰੇ, ਲਾਈਕ ਕਰੇ, ਕਮੈਂਟ ਕਰੇ ਔਰ ਸ਼ੇਅਰ ਕਰੇ। ਥੈਂਕਸ ਫਾਰ ਵਾਚਿੰਗ।